ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ, ਜਿਵੇਂ ਤੁਹਾਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਭਾਨੇ ਸਿੱਧੂ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ, ਕਿਉਂਕਿ ਭਾਨੇ ਸਿੱਧੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਕੱਲ੍ਹ ਦੀ ਹੀ ਗੱਲ ਹੈ ਕਿ ਭਾਨੇ ਸਿੱਧੂ ਦੀ ਜ਼ਮਾਨਤ ਵੀ ਹੋ ਗਈ ਸੀ ਅਤੇ ਅੱਜ ਭਾਨੇ ਸਿੱਧੂ ਨੇ ਰਿਹਾਅ ਹੋਣਾ ਸੀ। ਅਤੇ ਦੋਸਤੋ, ਇਸ ਤੋਂ ਬਾਅਦ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਭਾਨੇ ਸਿੱਧੂ 'ਤੇ ਇੱਕ ਹੋਰ ਪਰਚਾ ਦਰਜ ਹੋਇਆ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਨੇ ਸਿੱਧੂ ਨੇ ਇੱਕ ਔਰਤ ਦੀ ਚੇਨ ਖੋਹਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਸ ਦੇ ਬਾਬਤ ਹੀ ਇਹ ਪਰਚਾ ਦਰਜ ਹੋਇਆ ਅਤੇ ਪੁਲਿਸ ਨੇ ਫਿਰ ਤੋਂ ਭਾਨੇ ਸਿੱਧੂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ। ਦੋਸਤੋ, ਜਿਸ ਤੋਂ ਬਾਅਦ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਕਾਫੀ ਲੋਕ ਆਪਣੇ ਬਿਆਨ ਦੇ ਰਹੇ ਨੇ, ਕਿਉਂਕਿ ਉਹਨਾਂ ਦਾ ਕਹਿਣਾ ਕਿ ਭਾਨਾ ਸਿੱਧੂ ਇਸ ਤਰ੍ਹਾਂ ਨਹੀਂ ਕਰ ਸਕਦਾ ਅਤੇ ਇਹ ਸਰਕਾਰ ਸ਼ਰੇਆਮ ਧੱਕਾ ਕਰ ਰਹੀ ਹੈ। ਅਤੇ ਦੋਸਤੋ, ਇਸ ਵੀਡੀਓ ਵਿੱਚ ਤੁਸੀਂ ਵੇਖੋ ਕਿ 22 ਲੱਖ ਸਿਧਾਣੇ ਨੇ ਭਾਨੇ ਸਿੱਧੂ ਬਾਰੇ ਦੱਸਿਆ ਕਿ ਭਾਨੇ ਸਿੱਧੂ 'ਤੇ ਕਿਸ ਔਰਤ ਨੇ ਝੂਠਾ ਇਲਜ਼ਾਮ ਲਗਾ ਕੇ ਪਰਚਾ ਦਰਜ ਕਰਵਾਇਆ ਅਤੇ ਉਹ ਔਰਤ ਕੌਣ ਸੀ। ਤੁਸੀਂ ਅੱਗੇ ਪੂਰੀ ਵੀਡੀਓ ਵੇਖੋ ਅਤੇ ਵੀਡੀਓ ਨੂੰ ਵੇਖਣ ਤੋਂ ਬਾਅਦ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਅੱਜ ਹੋਇਆ ਸੀਗਾ 20 ਤਰੀਕ ਨੂੰ 384 ਦਾ ਕਿ ਉਹਨੇ ਕਿਸੇ ਬੀਬੀ ਕੋਲੋਂ 10,000 ਰੁਪਇਆ ਏਜੰਟ ਕੋਲੋਂ ਫਿਰੌਤੀ ਮੰਗੀ ਆ। ਉਹ ਬੀਬੀ ਜਿਹਦੇ ਉੱਤੇ ਪਹਿਲਾਂ ਕਈ ਮੁਕੱਦਮੇ ਜਿਹੜੇ 420 ਦੇ ਦਰਜ ਹੈ, ਜਿਹਨੇ ਲੱਖਾਂ ਰੁਪਇਆਂ ਦੀ ਠੱਗੀ ਲੋਕਾਂ ਨਾਲ ਮਾਰੀ ਆ, ਉਹਦੀ ਜ਼ਮਾਨਤ ਹੋ ਗਈ ਸੀ ਕੱਲ੍ਹ। ਉਹਦੀ ਜ਼ਮਾਨਤ ਅੱਜ ਭਰਾ ਦਿੱਤੀ ਗਈ ਸੀਗੀ। ਭਾਨਾ ਸਿੱਧੂ ਮਲੇਰਕੋਟਲੇ ਜੇਲ੍ਹ 'ਚ ਬੰਦ ਸੀ। ਸੋ ਜੇ ਦੇਖੋ ਧੱਕੇ ਦੀ ਗੱਲ, ਜਿਵੇਂ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਭਾਨਾ ਸਿੱਧੂ ਨੂੰ ਇਹ ਬਾਹਰ ਨਹੀਂ ਆਉਣ ਦੇਣਗੇ। ਅੱਜ 11 ਵਜੇ ਜ਼ਿਲ੍ਹਾ ਪਟਿਆਲੇ ਦੀ ਪੁਲਿਸ ਉਹਨੂੰ ਲੈ ਗਈ ਆ ਕੇ ਸਦਰ ਥਾਣੇ ਦੇ ਵਿੱਚ। ਮੁਕੱਦਮਾ ਨੰਬਰ 8 387B ਦਾ ਮੁਕੱਦਮਾ ਇੱਕ ਹੋਰ ਦੇਤਾ। ਕਹਿੰਦਾ ਮੁਕੱਦਮਾ ਚੈਨੀ ਖੋਹਣ ਦਾ ਮੁਕੱਦਮਾ, ਵੀ ਭਾਨੇ ਨੇ ਚੈਨੀ ਖੋਹੀ ਹੈ। 387B ਖੋਹ ਦਾ ਮੁਕੱਦਮਾ ਇੱਕ ਭਾਨੇ ਦੇ ਉੱਤੇ ਸਦਰ ਥਾਣਾ ਪਟਿਆਲਾ 'ਚ ਦਰਜ ਕਰਕੇ ਅੱਜ ਮਲੇਰਕੋਟਲੇ ਤੜਕੇ 11 ਵਜੇ ਜੇਲ੍ਹ 'ਚੋਂ ਲਿਜਾ ਕੇ ਅਤੇ ਪੇਸ਼ ਕਰਕੇ ਪਟਿਆਲਾ ਅਦਾਲਤ 'ਚ ਉਹਦਾ ਰਿਮਾਂਡ ਫੇਰ ਲੈ ਲਿਆ। ਜਿਸ ਤਰੀਕੇ ਨਾਲ ਪਹਿਲਾਂ ਜੀਏ ਸਟਾਫ ਦੇ ਵਿੱਚ ਉਹਨੂੰ ਨੰਗਾ ਕਰਕੇ ਉਹਦੀ ਕੁੱਟਮਾਰ ਕੀਤੀ, ਉਹਦੇ ਪਾਣੀ ਪਾਇਆ, ਉਹਦੀਆਂ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀਆਂ, ਹੁਣ ਇਹ ਪਟਿਆਲਾ ਸੀਏ ਸਟਾਫ ਦੇ ਵਿੱਚ ਕੀ ਕਰਨਗੇ ਆਉਣ ਵਾਲੇ ਦਿਨਾਂ 'ਚ, ਇਹ ਤੁਸੀਂ ਆਪ ਹਿਸਾਬ ਲਾ ਲਿਓ, ਆਪ ਸੋਚ ਲਿਓ। ਇਹ ਇੰਨੀ ਘਿਨਾਉਣੀ ਹਰਕਤ 'ਤੇ ਉਤਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਯਾਰ, ਇੰਨੇ ਬੁੱਚੜੇਪਣੇ ਦੇ ਉਤਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ। ਪੰਜਾਬ ਦੇ ਲੋਕੋ, ਤੁਹਾਡੇ ਸਾਹਮਣੇ ਜੋ ਹੋ ਰਿਹਾ ਤੁਹਾਡੇ ਸਾਹਮਣੇ ਹੋ ਰਿਹਾ। ਆਪਾਂ ਦੇਖ ਰਹੇ ਹਾਂ ਵੀ ਕਿਵੇਂ ਚੈਨੀ ਖੋਊਗਾ ਭਾਨਾ, ਚੈਨੀ ਖੋਣ ਦਾ ਪਰਚਾ ਭਾਨੇ 'ਤੇ। ਹੁਣ ਇੱਥੋਂ ਦਾ ਸਾਫ਼ ਨਜ਼ਰ ਆਉਂਦਾ ਨਾ, ਸਾਫ਼ ਸਮਝ ਆਉਂਦੀ ਹੈ ਗੱਲ ਦੀ। ਜਿਹੜੇ ਕਈ ਆਮ ਆਦਮੀ ਪਾਰਟੀ ਦੇ ਹਮਾਇਤੀ ਚੀਕਾਂ ਮਾਰਦੇ ਸੀ, ਰੌਲਾ ਪਾਉਂਦੇ ਸੀ ਕਿ ਇਹ ਤਾਂ ਜੀ ਏਜੰਟ ਨੇ ਪਰਚਾ ਕਰਾਤਾ ਜੀ, ਹੋ ਸਕਦਾ ਭਾਨੇ ਨੇ ਲੈ ਲਏ ਹੋਣ ਜੀ, ਪੈਸੇ ਮੰਗ ਲਏ ਹੋਣ ਜੀ। ਹੁਣ ਭਾਨੇ ਨੇ ਐਂ ਵੀ ਕਰੇ ਵੀ ਹਾਂ ਚੈਨੀਆਂ ਵੀ ਖੋਲੀਆਂ ਹੋਣਗੀਆਂ। ਤੁਸੀਂ ਤਾਂ ਉਹ ਲੋਕ ਹੋ ਇੱਥੇ, ਚਾਹੇ ਮਰਵਾਈ ਵੀ ਜਾਂਦਾ ਮੁੰਡਿਆਂ ਨੂੰ, ਇਹ ਜੇਲ੍ਹਾਂ 'ਚ ਵੀ ਸਟਾਈ ਜਾਂਦਾ, ਕਟਾਈ ਵੀ ਜਾਂਦਾ, ਜਲੀਲ ਵੀ ਕਰਾਈ ਜਾਂਦਾ, ਉਹਨਾਂ ਦੀਆਂ ਵੀਡੀਓ ਨੰਗਿਆਂ ਦੀਆਂ ਵੀ ਬਣਾਈ ਜਾਂਦਾ, ਤੁਸੀਂ ਨਹੀਂ ਮੰਨਣਾ। ਤੁਸੀਂ ਇੱਕੋ ਹੀ ਰੱਟ ਲਾਈ ਰੱਖਣੀ ਹੈ ਕਿ ਇਹ ਨਾਲ ਦਾ ਮੁੱਖ ਮੰਤਰੀ ਨਹੀਂ ਹੋਇਆ।